ਅੱਜ ਸਪਾਊਸ ਓਪਨ ਵਰਕ ਪਰਮਿਟ ਬਾਰੇ ਗੱਲ ਕਰਾਂਗੇ ਐਂਡ ਕਿਹੜਾ ਰਾਈਟ ਟਾਈਮ ਹੈ ਸਪਾਊਸ ਓਪਨ ਵਰਕ ਪਰਮਿਟ ਅਪਲਾਈ ਕਰਨਾ ਉਸਦੇ ਬਾਰੇ ਗੱਲ ਕਰਾਂਗੇ। ਸਪਾਊਸ ਓਪਨ ਵਰਕ ਪਰਮਿਟ ਯਾਨੀ ਡਿਪੈਂਡੈਂਟ ਆਫ ਇੰਟਰਨੈਸ਼ਨਲ ਸਟੂਡੈਂਟ ਔਰ ਇੰਟਰਨੈਸ਼ਨਲ ਵਰਕਰ ਐਗਜ਼ੈਂਪਸ਼ਨ C-42 ਜਿਨ੍ਹਾਂ ਦੇ ਸਪਾਊਸ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ 'ਤੇ ਹਨ ਉਹ ਫੁੱਲ ਟਾਈਮ ਸਟੂਡੈਂਟ ਹੋਣੇ ਚਾਹੀਦੇ ਆ ਐਂਡ ਜਿਨ੍ਹਾਂ ਦੇ ਸਪਾਊਸ ਕੈਨੇਡਾ ਦੇ ਵਿੱਚ ਵਰਕ ਪਰਮਿਟ 'ਤੇ ਆ ਉਹ ਫੁੱਲ ਟਾਈਮ ਵਰਕ ਪਰਮਿਟ 'ਤੇ ਹੋਣ ਜਾਂ ਫੁੱਲ ਟਾਈਮ ਵਰਕਰ ਹੋਣ ਉਹ ਆਪਣਾ ਸਪਾਊਸ ਓਪਨ ਵਰਕ ਪਰਮਿਟ ਅਪਲਾਈ ਕਰ ਸਕਦੇ ਆ ਅਤੇ ਜਿੰਨੇ ਸਮੇਂ ਦਾ ਉਹਨਾਂ ਦੇ ਸਪਾਊਸ ਕੋਲ ਵੀਜ਼ਾ ਉਹਨੇ ਸਮੇਂ ਦਾ ਵੀਜ਼ਾ ਜਾਂ ਉਹਨੇ ਸਮੇਂ ਦਾ ਪਰਮਿਟ ਉਹ ਸਰਕਾਰ ਤੋਂ ਲੈ ਸਕਦੇ ਆ। ਹੁਣ ਰਾਈਟ ਟਾਈਮ ਕੀ ਹੈ ਸਪਾਊਸ ਓਪਨ ਵਰਕ ਪਰਮਿਟ ਅਪਲਾਈ ਕਰਨ ਦਾ? ਸਭ ਤੋਂ ਪਹਿਲਾਂ ਗੱਲ ਕਰੀਏ ਸਟੂਡੈਂਟ ਦੀ, ਜਿਹੜੇ ਸਟੂਡੈਂਟ ਜਿਨ੍ਹਾਂ ਦੀ ਐਪਲੀਕੇਸ਼ਨ ਮੈਰਿਟ ਦੀ ਲੱਗੀ ਹੈ ਯਾਨੀ ਉਹਨਾਂ ਦੀ ਮੈਰਿਜ ਉਹਨਾਂ ਦੀ ਸਟੱਡੀ ਵੀਜ਼ਾ ਦੀ ਐਪਲੀਕੇਸ਼ਨ ਦੇ ਵਿੱਚ ਸ਼ੋਅ ਹੋਈ ਵੀ ਹੈ, ਉਹਨਾਂ ਦਾ ਜਨਵਰੀ ਇਨਟੇਕ ਹੈ, ਜਦੋਂ ਉਹਨਾਂ ਦੀਆਂ ਕਲਾਸਿਸ ਸਟਾਰਟ ਹੋ ਗਈਆਂ, ਕਲਾਸਿਸ ਸਟਾਰਟ ਹੋਣ ਤੋਂ ਬਾਅਦ ਉਹ ਜਦੋਂ ਕਾਲਜ ਇਨਰੋਲਮੈਂਟ ਲੈਟਰ ਲਈ ਐਲੀਜੀਬਲ ਹੋ ਗਏ। ਕਾਲਜ ਇਨਰੋਲਮੈਂਟ ਲੈਟਰ ਕੀ ਹੋਏਗਾ? ਇਹਦੇ ਵਿੱਚ ਮੈਂਸ਼ਨ ਹੋਏਗਾ ਵੀ ਇਹ ਇਸ ਕਾਲਜ ਦੇ ਵਿੱਚ ਇਹ ਸਟੂਡੈਂਟ ਫੁੱਲ ਟਾਈਮ ਸਟੂਡੈਂਟ ਹੈ। ਜਿਵੇਂ ਪਹਿਲਾਂ ਕਿਹਾ ਫੁੱਲ ਟਾਈਮ ਸਟੂਡੈਂਟ ਹੋਣਾ ਜ਼ਰੂਰੀ ਹੈ। ਜਿਸ ਦਿਨ ਤੁਹਾਡੇ ਸਪਾਊਸ ਨੂੰ ਕਾਲਜ ਵੱਲੋਂ ਜਾਂ ਯੂਨੀਵਰਸਿਟੀ ਵੱਲੋਂ ਫੁੱਲ ਟਾਈਮ ਸਟੂਡੈਂਟ ਦਾ ਲੈਟਰ ਮਿਲ ਗਿਆ, ਸੇਮ ਡੇ ਤੁਸੀਂ ਆਪਣਾ ਕੇਸ ਅਪਲਾਈ ਕਰ ਸਕਦੇ ਹੋ। ਸੋ ਕਿਉਂਕਿ ਜਿੰਨੇ ਟਾਈਮ ਦਾ ਤੁਹਾਡੇ ਸਪਾਊਸ ਕੋਲ ਵੀਜ਼ਾ ਉਨੇ ਟਾਈਮ ਦਾ ਹੀ ਤੁਹਾਨੂੰ ਵੀਜ਼ਾ ਮਿਲਣਾ, ਜਿੰਨਾ ਲੇਟ ਅਪਲਾਈ ਕਰੋਗੇ ਉਨਾ ਨੁਕਸਾਨ ਤੁਹਾਡਾ ਹੁੰਦਾ। 2021 ਦੇ ਵਿੱਚ ਹੁੰਦਾ ਸੀ ਵੀ ਜ਼ਿਆਦਾਤਰ ਜਿਹੜੇ ਐਪਲੀਕੈਂਟ ਆ ਉਹ ਇੱਕ ਸਮੈਸਟਰ ਵੇਟ ਕਰਨ ਤੋਂ ਬਾਅਦ ਆਪਣਾ ਕੇਸ ਅਪਲਾਈ ਕਰ ਸਕਦੇ ਸੀ, ਬਟ ਅੱਜ ਦੇ ਹਾਲਾਤ ਉਦਾਂ ਦੇ ਨਹੀਂ ਹੈ। ਅੱਜ ਦੇ ਹਾਲਾਤਾਂ ਦੇ ਵਿੱਚ ਸਪਾਊਸ ਓਪਨ ਵਰਕ ਪਰਮਿਟ ਦਾ ਸਕਸੈਸ ਰੇਟ ਬਹੁਤ ਚੰਗਾ। ਜਿਸ ਦਿਨ ਤੁਹਾਡਾ ਸਪਾਊਸ ਕਲਾਸਾਂ ਸਟਾਰਟ ਕਰ ਲਈਆਂ, ਜਿਸ ਦਿਨ ਉਹਨੂੰ ਇਨਰੋਲਮੈਂਟ ਲੈਟਰ ਮਿਲ ਗਿਆ, ਮੇਰਾ ਤਾਂ ਮੰਨਣਾ ਇਹ ਹੈ ਉਸ ਤੋਂ ਹਫ਼ਤੇ ਦੇ ਵਿੱਚ ਤੁਸੀਂ ਆਪਣੀ ਐਪਲੀਕੇਸ਼ਨ ਸਬਮਿਟ ਕਰੋ ਐਂਡ ਉਸਦੇ ਲਈ ਤੁਹਾਨੂੰ ਤਿਆਰੀ ਦੀ ਜ਼ਰੂਰਤ ਹੈ ਕਿਉਂਕਿ ਸਪਾਊਸ ਓਪਨ ਵਰਕ ਪਰਮਿਟ ਦੇ ਵਿੱਚ ਜਿਹੜਾ ਸਕਸੈਸ ਰੇਟ ਆ ਉਹ ਤੁਹਾਡੇ ਰਿਲੇਸ਼ਨਸ਼ਿਪ ਅਤੇ ਤੁਹਾਡੀ ਹੋਮ ਕੰਟਰੀ ਜਾਂ ਤੁਹਾਡੇ ਟਾਈਸ, ਇਹ ਦੋ ਚੀਜ਼ਾਂ 'ਤੇ ਡਿਪੈਂਡ ਕਰਦਾ। ਇਸ ਦੇ ਲਈ ਇੱਕ ਸਟਰੋਂਗ ਪ੍ਰੈਜੈਂਟੇਸ਼ਨ ਦੀ ਜ਼ਰੂਰਤ ਹੈ, ਚੰਗੇ ਤੋਂ ਚੰਗੇ ਤਰੀਕੇ ਨਾਲ ਤੁਹਾਨੂੰ ਡਾਕੂਮੈਂਟ ਲਾਉਣੇ ਪੈਣਗੇ ਅਤੇ ਉਸਦੇ ਲਈ ਸਮਾਂ ਲੱਗਦਾ, ਐਟਲੀਸਟ 20 ਤੋਂ 30 ਦਿਨ ਦਾ। ਸੋ ਉਸ ਤੋਂ ਪਹਿਲਾਂ ਹੀ ਤੁਸੀਂ ਆਪਣਾ ਐਪਲੀਕੇਸ਼ਨ ਰੈਡੀ ਕਰਕੇ ਰੱਖੋ। ਸਿਰਫ ਬੈਂਕ ਸਟੇਟਮੈਂਟਸ, ਜੋਬ ਲੈਟਰ ਵਗੈਰਾ ਤੁਸੀਂ ਮੌਕੇ 'ਤੇ ਲੈ ਸਕਦੇ ਹੋ, ਕਾਲਜ ਇਨਰੋਲਮੈਂਟ ਲੈਟਰ ਮੌਕੇ 'ਤੇ ਲੈ ਸਕਦੇ ਹੋ, ਬਾਕੀ ਡਾਕੂਮੈਂਟ ਤੁਸੀਂ ਆਪਣੇ ਪਹਿਲਾਂ ਪ੍ਰਿਪੇਅਰ ਕਰ ਸਕਦੇ ਹੋ। ਸੋ ਉਹ ਚੀਜ਼ਾਂ ਦਾ ਜਿਹੜਾ ਉਹ ਧਿਆਨ ਰੱਖਣਾ ਚਾਹੀਦਾ, ਮਤਲਬ ਅਗਰ ਤੁਹਾਡੀ ਐਪਲੀਕੇਸ਼ਨ ਮੈਰਿਜ ਉਸਦੇ ਵਿੱਚ ਸ਼ੋਅ ਹੋਈ ਵੀ ਹੈ, ਜਨਵਰੀ ਇਨਟੇਕ ਤੁਹਾਡਾ ਹੈ, ਤਾਂ ਬਿਨਾਂ ਕੋਈ ਸਮਾਂ ਗਵਾਏ ਤੁਸੀਂ ਆਪਣਾ ਕੇਸ ਅਪਲਾਈ ਕਰ ਸਕਦੇ ਹੋ। ਜਿੰਨਾ ਲੇਟ ਅਪਲਾਈ ਕਰੋਗੇ ਉਨਾ ਤੁਹਾਨੂੰ ਨੁਕਸਾਨ ਹੈ। ਸੇਮ ਐਪਲੀਕੇਬਲ ਹੁੰਦਾ ਹੈ ਵਰਕ ਪਰਮਿਟ ਵਾਲੀਆਂ ਐਪਲੀਕੇਸ਼ਨ ਦੇ ਉੱਪਰ। ਅਗਰ ਤੁਹਾਡਾ ਸਪਾਊਸ ਵਰਕ ਪਰਮਿਟ ਦੇ ਉੱਪਰ ਹੈ ਐਂਡ ਉਸਦੇ ਕੋਲ ਮਿਨੀਮਮ 6 ਮਹੀਨੇ ਜਾਂ ਉਸ ਤੋਂ ਉੱਪਰ ਦਾ ਪਰਮਿਟ ਹੈ, ਪਹਿਲਾਂ ਤਾਂ ਹੁੰਦਾ ਸੀ ਜਿਹੜਾ ਵਰਕ ਪਰਮਿਟ ਦੇ ਉੱਪਰ ਸਪਾਊਸ ਜੋ ਕੈਨੇਡਾ ਹੁੰਦਾ ਸੀ ਉਸ ਕੋਲ ਨੌਕ A-O ਜਾਂ B ਕੈਟਾਗਰੀ ਦੀ ਜੋਬ ਚਾਹੀਦਾ ਸੀ। ਹੁਣ ਸਰਕਾਰ ਨੇ ਇਹ ਵੀ ਕੰਡੀਸ਼ਨ ਹਟਾ ਦਿੱਤੀ ਹੈ, ਇਮੀਗ੍ਰੇਸ਼ਨ ਨੇ ਇਹ ਕੰਡੀਸ਼ਨ ਨੂੰ ਚੱਕ ਦਿੱਤਾ ਹੈ। ਸੋ ਕਿਸੇ ਵੀ ਕੈਟਾਗਰੀ ਦੀ ਜੋਬ ਤੁਹਾਡੇ ਸਪਾਊਸ ਕੋਲ ਹੋਵੇ ਉਸਦੇ ਕੋਲ ਮਿਨੀਮਮ 3 ਪੇਸਲਿਪਸ ਚਾਹੀਦੀਆਂ, ਯਾਨੀ 14 ਦਿਨਾਂ ਤੋਂ 1 ਪੇਸਲਿਪਸ ਮਿਲਦੀ ਹੈ। ਟੋਟਲ 42 ਦਿਨਾਂ ਦੀ ਸੈਲਰੀ ਅਗਰ ਉਸਦੇ ਅਕਾਊਂਟ ਦੇ ਵਿੱਚ ਆਉਂਦੀ ਹੈ ਤਾਂ ਸਪਾਊਸ ਆਪਣਾ ਕੇਸ ਅਪਲਾਈ ਕਰ ਸਕਦਾ ਐਟ ਟਾਈਮ, ਕੋਈ ਵੀ ਪ੍ਰੋਬਲਮ ਨਹੀਂ ਹੈ। ਹੁਣ ਇੱਕ ਗੱਲ ਦਾ ਧਿਆਨ ਰੱਖਣਾ ਕਿਉਂਕਿ ਜਿਹੜੀ ਕਈ ਵਾਰ ਕੀ ਹੁੰਦਾ ਕਿਸੇ ਬੱਚੇ ਦਾ ਵੀਜ਼ਾ ਆ ਜਾਂਦਾ, ਵੀਜ਼ੇ ਤੋਂ ਬਾਅਦ ਉਸਦੀ ਮੈਰਿਜ ਹੁੰਦੀ ਹੈ। ਸੋ ਅਗਰ ਉਸ ਉੱਦਾਂ ਦਾ ਤੁਹਾਡਾ ਕੇਸ ਹੈ ਤਾਂ ਮਿਨੀਮਮ ਹਸਬੈਂਡ ਵਾਈਫ ਦੀ 90 ਦਿਨ ਦੀ ਸਟੇ ਹੋਣੀ ਚਾਹੀਦੀ ਹੈ। ਇੱਦਾਂ ਨਾ ਹੋਵੇ ਅੱਜ ਵੀਜ਼ਾ ਆਇਆ ਉਸ ਤੋਂ 10 ਦਿਨ ਬਾਅਦ ਮੈਰਿਜ ਕਰਤੀ ਐਂਡ 10 ਦਿਨ ਬਾਅਦ ਜਿਹੜਾ ਸਟੂਡੈਂਟ ਨੂੰ ਟਰੈਵਲ ਕਰਾ ਦਿੱਤਾ। ਸੋ ਇੱਦਾਂ ਦੇ ਕੰਮ ਕਰਨ ਤੋਂ ਗੁਰੇਜ਼ ਕਰੋ। ਸਭ ਤੋਂ ਪਹਿਲਾਂ ਤਾਂ ਐਪਲੀਕੇਸ਼ਨ ਹੀ ਦੇ ਵਿੱਚ ਹੀ ਮੈਰਿਜ ਸ਼ੋਅ ਕਰੋ, ਐਜ਼ ਅ ਮੈਰਿਡ ਤੁਸੀਂ ਆਪਣੀ ਐਪਲੀਕੇਸ਼ਨ ਸਬਮਿਟ ਕਰੋ। ਇਨ ਕੇਸ ਤੁਸੀਂ ਨਹੀਂ ਕਰ ਪਾਉਂਦੇ ਤਾਂ ਉਸ ਤੋਂ ਬਾਅਦ ਵੀਜ਼ਾ ਆਉਣ ਤੋਂ ਬਾਅਦ ਕਦੇ ਵਿਆਹ ਨਾ ਕਰੋ। ਐਟਲੀਸਟ ਸਟੂਡੈਂਟ ਨੂੰ ਟਰੈਵਲ ਕਰਾਓ, 1 ਸਮੈਸਟਰ ਲਾ ਕੇ ਵਾਪਸ ਆਵੇ, ਫਿਰ ਵਿਆਹ ਕਰਕੇ ਉਸ ਤੋਂ ਬਾਅਦ ਸਪਾਊਸ ਦੀ ਐਪਲੀਕੇਸ਼ਨ ਲਾਓ। ਚਾਂਸਸ ਉਹ ਵੀਜ਼ਾ ਚੰਗੇ ਰਹਿੰਦੇ ਆ। ਆਫਟਰ ਵੀਜ਼ਾ ਅਗਰ ਮੈਰਿਜ ਕਰਾਈ ਹੋਊ ਜਾਂ ਮੈਰਿਜ ਤੋਂ ਬਾਅਦ ਸ਼ਾਰਟ ਸਟੇ ਹੋਊ, ਉਹਨਾਂ ਕੇਸਾਂ ਦੇ ਵਿੱਚ ਜਿਹੜੇ ਰਿਫਿਊਜ਼ਲ ਦੇ ਚਾਂਸਸ ਉਹ ਹਾਈ ਰਹਿੰਦੇ ਆ। ਧੰਨਵਾਦ।